ਇਹ ਹਿੰਦੁਸਤਾਨ ਦੇ ਜਿਹੜੇ ਤਿੰਨ ਸ਼ਕਤੀਸ਼ਾਲੀ ਕਿਲੇ ਨੇ ਉਹਨਾਂ ਕਿਲਿਆਂ ਦੇ ਵਿੱਚੋਂ ਆ। ਕਿਲੇ ਦੀ ਜੇ ਮੈਂ ਗੱਲ ਕਰਾਂ ਤਾਂ ਰਜੀਆ ਸੁਲਤਾਨਾ ਉਸਨੂੰ ਵੀ ਇਸ ਕਿਲੇ ਦੇ ਵਿੱਚ ਕੈਦ ਰੱਖਿਆ ਗਿਆ। ਬਾਬਰ ਵੀ 16ਵੀਂ ਸਦੀ ਦੇ ਵਿੱਚ ਇੱਥੇ ਅਖੀਰ ਤੇ ਬਾਬਰ ਵੀ ਆਇਆ ਤਾਂ ਅੱਜ ਵੀ ਇਹਨਾਂ ਕਿਲੇ ਦੀਆਂ ਦੀਵਾਰਾਂ ਦੇ ਵਿੱਚੋਂ ਤੁਹਾਨੂੰ ਉਹ ਸਮਾਂ ਉਹ ਕਲਾਕਿਰਤੀ ਜਿਹੜੀ ਉਹ ਸਾਰੀ ਦਿਖਾਈ ਦੇਗੀ ਜਿਹੜੀ ਪਹਿਲਾਂ ਦੇ ਸਮੇਂ ਦੀ ਕਲਾਕਿਰਤੀ ਸੀ। ਜਦੋਂ ਕੋਈ ਵੀ ਸ਼ਾਸਕ ਭਾਰਤ ਦੇ ਉੱਪਰ ਚੜ੍ਹ ਕੇ ਆਉਂਦਾ ਜਾਂ ਕੁਛ ਆਉਂਦਾ ਤਾਂ ਇਹ ਕਿਲਾ ਮੁੱਖ ਮੰਨਿਆ ਜਾਂਦਾ ਸੀ। ਜਿੱਥੇ ਵੱਖ ਵੱਖ ਰਾਜੇ ਵੱਖ ਵੱਖ ਸ਼ਾਸਕ ਇਸ ਨੂੰ ਜਿੱਤਦੇ ਰਹੇ ਰਾਜ ਕਰਦੇ ਰਹੇ 12ਵੀਂ ਸਦੀ ਦੇ ਵਿੱਚ ਵੀ ਆ ਕੇ ਪ੍ਰਿਥਵੀ ਰਾਜ ਚੌਹਾਨ ਨੇ ਵੀ ਰਾਜ ਕੀਤਾ ਤਾਂ ਇਸ ਕਿਲੇ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਵੀ ਇਹੋ ਜਿਹੀਆਂ ਸੁਰੰਗਾਂ ਸਨ ਵੀ ਜੇਕਰ ਤੁਸੀਂ ਇਸ ਸੁਰੰਗ ਦੇ ਵਿੱਚ ਚਲੇ ਜਾਓ ਤਾਂ ਤੁਸੀਂ ਪਤਾ ਨਹੀਂ ਕਿੱਥੇ ਜਾ ਕੇ ਨਿਕਲੋਗੇ ਤਾਂ ਉਸ ਸੁਰੰਗਾਂ ਵੀ ਇੱਥੇ ਕਹਿੰਦੇ ਹਜੇ ਤੱਕ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ TV ਅਤੇ ਮੈਂ ਹਾਂ ਜੱਸੀ ਬਰਾੜ। ਪ੍ਰੋਗਰਾਮ ਪ੍ਰਾਈਮ ਵਿਰਾਸਤ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਜਿੱਥੇ ਤੁਹਾਨੂੰ ਵਿਰਾਸਤ ਦੇ ਰੰਗ ਦਿਖਾਉਂਦੇ ਹਾਂ। ਤਾਂ ਅੱਜ ਤੁਹਾਨੂੰ ਗੁਰਦੁਆਰਾ ਕਿਲ੍ਹਾ ਮੁਬਾਰਕ ਬਠਿੰਡਾ ਦੇ ਵਿੱਚ ਲੈ ਕੇ ਆਏ ਹਾਂ, ਕਿਉਂਕਿ ਗੁਰਦੁਆਰਾ ਕਿਲ੍ਹਾ ਮੁਬਾਰਕ ਤਾਂ ਕਿਹਾ ਜਾਂਦਾ। ਇਹ ਗੁਰਦੁਆਰਾ ਸਾਹਿਬ ਇੱਕ ਕਿਲ੍ਹੇ ਦੇ ਵਿੱਚ ਸਥਿਤ ਹੈ ਅਤੇ ਇਹ ਕਿਲ੍ਹਾ ਜਿਹੜਾ ਉਹ ਬਹੁਤ ਵਿਰਾਸਤੀ ਕਿਲ੍ਹਾ ਹੈ। ਜੇ ਇਸ ਕਿਲ੍ਹੇ ਦੀ ਮੈਂ ਗੱਲ ਕਰਾਂ ਤਾਂ ਦੱਸਿਆ ਜਾਂਦਾ ਵੀ ਇਹ ਤਿੰਨ ਏਰੀਏ ਦੇ ਵਿੱਚੋਂ ਇੱਕ ਬਹੁਤ ਵੱਡਾ ਜਿਹੜਾ ਸ਼ਕਤੀਸ਼ਾਲੀ ਕਿਲ੍ਹਾ ਮੰਨਿਆ ਜਾਂਦਾ ਸੀ, ਜਿਸ ਦੇ ਵਿੱਚ ਕਹਿੰਦੇ 32 ਗੜ੍ਹ ਬਣਾਏ ਹੋਏ ਸੀ, ਜਿਨ੍ਹਾਂ ਦੇ ਵਿੱਚ 32 ਤੋਪਾਂ ਉਹ ਬੀੜੀਆਂ ਹੁੰਦੀਆਂ ਸਨ। ਤਾਂ ਹਮੇਸ਼ਾ ਦੁਸ਼ਮਣ ਹੈ ਜਿਹੜਾ ਇਸ ਕਿਲ੍ਹੇ ਨੂੰ ਕਹਿੰਦੇ ਬਹੁਤ ਸ਼ਕਤੀਸ਼ਾਲੀ ਮੰਨਦਾ ਸੀ। ਜਦੋਂ ਕੋਈ ਵੀ ਸ਼ਾਸਕ ਭਾਰਤ ਦੇ ਉੱਪਰ ਚੜ੍ਹ ਕੇ ਆਉਂਦਾ ਜਾਂ ਕੁਛ ਆਉਂਦਾ ਤਾਂ ਇਹ ਕਿਲ੍ਹਾ ਮੁੱਖ ਮੰਨਿਆ ਜਾਂਦਾ ਸੀ। ਮੁਲਤਾਨ ਅਤੇ ਦਿੱਲੀ ਦੇ ਰਾਸਤੇ ਨੂੰ ਆਪਸ ਦੇ ਵਿੱਚ ਜੋੜਨ ਵਾਲਾ ਇਹ ਕਿਲ੍ਹਾ ਉਹ ਮੰਨਿਆ ਜਾਂਦਾ ਸੀ, ਕਿਉਂਕਿ ਇੱਥੋਂ ਹੀ ਸਾਰੇ ਵਪਾਰਕ ਸਾਧਨ ਚੱਲਦੇ ਸਨ। ਵੱਖ ਵੱਖ ਸ਼ਾਸਕ ਇਸ ਕਿਲ੍ਹੇ ਦੇ ਉੱਪਰ ਰਾਜ ਕਰਕੇ ਗਏ ਤਾਂ ਉੱਥੇ ਹੀ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਹ ਕਿਲ੍ਹਾ ਇਸ ਕਿਲ੍ਹੇ ਦੇ ਵਿੱਚ ਇੱਥੇ ਬਠਿੰਡੇ ਦੀਆਂ ਸੰਗਤਾਂ ਅੱਜ ਵੀ ਨਤਮਸਤਕ ਹੁੰਦੀਆਂ ਨੇ, ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਕਹਿ ਸਕਦੇ ਵੀ ਇੱਥੇ ਨਤਮਸਤਕ ਹੋ ਕੇ ਜਾਂਦੀਆਂ ਨੇ। ਤਾਂ ਬਹੁਤ ਇਤਿਹਾਸ ਬਹੁਤ ਲੰਬਾ ਹੈ, ਉਹ ਇਤਿਹਾਸ ਬਾਬਤ ਵੀ ਆਪਾਂ ਗੱਲਬਾਤ ਕਰਾਂਗੇ। ਪਹਿਲਾਂ ਇੱਕ ਮੈਂ ਤੁਹਾਨੂੰ ਨੋਰਮਲ ਇਤਿਹਾਸ ਦੀ ਜੇ ਮੈਂ ਗੱਲ ਕਰਾਂ ਤਾਂ ਮਹਿਮੂਦ ਗਜਨੀ ਜਿਸਨੇ ਤਕਰੀਬਨ ਕਹਿੰਦੇ ਆ ਵੀ 17 ਵਾਰ ਭਾਰਤ ਦੇ ਉੱਪਰ ਹਮਲਾ ਕੀਤਾ, ਪਰ ਉਹ ਹਮਲੇ ਦੇ ਵਿੱਚ ਇਹ ਕਿਲ੍ਹਾ ਜਿਹੜਾ ਸਭ ਤੋਂ ਪਹਿਲਾਂ ਜਿੱਤਿਆ ਗਿਆ। ਇਸ ਕਿਲ੍ਹੇ ਦੀ ਮੈਂ ਗੱਲ ਕਰਾਂ ਤਾਂ ਇਸ ਕਿਲ੍ਹੇ ਨੂੰ ਜਿੱਤ ਕੇ ਉਸ ਸਮੇਂ ਕਹਿੰਦੇ ਇਸ ਕਿਲ੍ਹੇ ਤੋਂ ਕਬਜ਼ਾ ਕਰਕੇ ਅਗਲਾ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ। ਤਾਂ ਉਸ ਤੋਂ ਬਾਅਦ ਇਹ ਕਿਲ੍ਹੇ ਦੀ ਜੇ ਮੈਂ ਗੱਲ ਕਰਾਂ ਤਾਂ ਰਜੀਆ ਸੁਲਤਾਨਾ ਉਸਨੂੰ ਵੀ ਇਸ ਕਿਲ੍ਹੇ ਦੇ ਵਿੱਚ ਕੈਦ ਰੱਖਿਆ ਗਿਆ। ਤਾਂ ਬਹੁਤ ਇਤਿਹਾਸ ਲੰਬਾ ਹੈ, ਉਹ ਇਤਿਹਾਸ ਬਾਬਤ ਆਪਾਂ ਸਾਰੀ ਗੱਲਬਾਤ ਕਰਾਂਗੇ। ਪਹਿਲਾਂ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਮੌਜੂਦ ਹੈ, ਆਪਾਂ ਗੱਲਬਾਤ ਕਰਦੇ ਹਾਂ। ਸਵਾਗਤ ਹੈ ਜੀ ਤੁਹਾਡਾ ਪ੍ਰਾਈਮ ਏਸ਼ੀਆ ਤੋਂ। ਬਹੁਤ ਬਹੁਤ ਜੀ, ਧੰਨਵਾਦ ਜੀ। ਹੋਰ ਸਿਹਤਾਂ ਠੀਕ ਨੇ? ਠੀਕ ਠਾਕ ਵਧੀਆ, ਕਿਰਪਾ। ਸਭ ਤੋਂ ਪਹਿਲਾਂ ਤਾਂ ਜੇ ਕਿਲ੍ਹੇ ਦੀ ਗੱਲ ਕਰੀਏ ਤਾਂ ਕਿਲ੍ਹੇ ਦਾ ਇਤਿਹਾਸ ਕਹਿੰਦੇ ਬਹੁਤ ਲੰਮਾ ਹੈ। ਇਹ ਕਿਲ੍ਹਾ ਉਸ ਸਮੇਂ ਦਾ ਕਿਲ੍ਹਾ, ਕਹਿੰਦੇ ਮਿੱਟੀ ਨਾਲ ਬਣਾਇਆ ਹੋਇਆ ਕਿਲ੍ਹਾ, ਉਸ ਤੋਂ ਬਾਅਦ ਇਹਨੂੰ ਪੱਥਰਾਂ ਨਾਲ ਬਣਾ ਦਿੱਤਾ ਗਿਆ, ਇੰਨਾ ਮਜ਼ਬੂਤ ਬਣਾ ਦਿੱਤਾ ਗਿਆ। ਬਿਲਕੁਲ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਦੁਆਰਾ ਕਿਲ੍ਹਾ ਮੁਬਾਰਕ ਪਾਤਸ਼ਾਹੀ 10ਵੀਂ ਬਠਿੰਡਾ ਵਿਖੇ ਦਰਸ਼ਨ ਕਰ ਰਹੇ ਹਾਂ। ਇਸ ਕਿਲ੍ਹੇ ਦਾ ਜੋ ਇਤਿਹਾਸ ਹੈ, ਪਹਿਲੀ ਸਦੀ ਤੋਂ ਲੈ ਕੇ ਜੋ ਇਹ ਕਿਲ੍ਹਾ ਹੋਂਦ ਵਿੱਚ ਆਇਆ, ਰਾਜੇ ਡਵ ਨੇ ਜੋ ਰਾਜਪੂਤ ਘਰਾਣੇ ਸਨ ਉਹਨਾਂ ਨੇ ਮਿੱਟੀ ਦਾ ਇਹ ਕਿਲ੍ਹਾ ਜੋ ਇਸ ਰੇਗਿਸਤਾਨ ਮਾਲਵੇ ਦੇ ਹਲਕੇ ਇਲਾਕੇ ਦੇ ਵਿੱਚ ਇਹ ਬਣਾਇਆ ਸੀ। ਅਤੇ ਤੀਸਰੀ ਸਦੀ ਦੇ ਵਿੱਚ ਆ ਕੇ ਜਦੋਂ ਇਸ ਨੂੰ ਹੋਰ ਵੱਖ ਵੱਖ ਰਾਜਿਆਂ ਨੇ ਆ ਕੇ ਬਣਾਇਆ, ਤਾਂ ਇਸੇ ਤਰ੍ਹਾਂ ਅਤੇ 12ਵੀਂ ਸਦੀ ਦੇ ਵਿੱਚ ਵੀ ਆ ਕੇ ਪ੍ਰਿਥਵੀ ਰਾਜ ਚੌਹਾਨ ਨੇ ਜਿੱਥੇ ਵੱਖ ਵੱਖ ਰਾਜੇ ਵੱਖ ਵੱਖ ਸ਼ਾਸਕ ਇਸ ਨੂੰ ਜਿੱਤਦੇ ਰਹੇ ਰਾਜ ਕਰਦੇ ਰਹੇ 12ਵੀਂ ਸਦੀ ਦੇ ਵਿੱਚ ਵੀ ਆ ਕੇ ਪ੍ਰਿਥਵੀ ਰਾਜ ਚੌਹਾਨ ਨੇ ਵੀ ਰਾਜ ਕੀਤਾ। 13ਵੀਂ ਸਦੀ ਦੇ ਵਿੱਚ ਜੋ ਰਜੀਆ ਸੁਲਤਾਨਾ ਨੇ ਆ ਕੇ ਰਾਜ ਕੀਤਾ। ਕਹਿੰਦੇ ਵੀ ਇੱਥੇ ਬਾਬਰ ਵੀ ਕਹਿੰਦੇ ਆ ਕੇ ਗਿਆ ਇਸ ਕਿਲ੍ਹੇ ਦੇ ਵਿੱਚ। ਹਾਂਜੀ, ਬਾਬਰ ਮੈਂ ਤੁਹਾਨੂੰ ਲੜੀਵਾਰ ਦੱਸਾਂਗਾ, ਬਾਬਰ ਵੀ 16ਵੀਂ ਸਦੀ ਦੇ ਵਿੱਚ ਇੱਥੇ ਅਖੀਰ ਤੇ ਬਾਬਰ ਵੀ ਆਇਆ। ਇਸ ਤੋਂ ਪਹਿਲਾਂ 13ਵੀਂ ਸਦੀ ਦੇ ਵਿੱਚ ਰਜੀਆ ਸੁਲਤਾਨਾ ਜੋ ਕੁਤਬਦੀਨ ਐਕਬ ਦੀ ਲੜਕੀ ਸੀ, ਉਹਨਾਂ ਨੂੰ ਉਸਨੇ ਅਲਮਸਤ ਜੋ ਨਾਂ ਦਾ ਬਾਦਸ਼ਾਹ ਸੀ ਉਸਦੇ ਨਾਲ ਵਿਆਹ ਕੀਤਾ। ਕਿਸੇ ਕਾਰਨ ਉਹਦੀ ਜਿਹੜੀ ਜੀ ਮੌਤ ਹੋ ਗਈ, ਜੋ ਬਠਿੰਡੇ ਦਾ ਅਮੀਰ ਸੀ, ਅਮੀਰ ਚੌਧਰੀ ਸੀ, ਉਸ ਦੇ ਨਾਲ ਜੋ ਲੜਾਈ ਹੋਈ, ਉਹ ਲੜਾਈ ਦੇ ਵਿੱਚ ਜੋ ਅਲਮਸਤ ਦੀ ਮੌਤ ਹੋ ਗਈ,
ਤੇ ਉਸ ਤੋਂ ਬਾਅਦ ਅਮੀਰ ਨੇ ਵੀ ਕਬਜ਼ਾ ਕੀਤਾ। ਉਸ ਤੋਂ ਬਾਅਦ ਜੋ ਅਮੀਰ ਦੇ ਸਾਲੇ ਨੂੰ ਜਿੱਥੇ ਕਿ ਅਮੀਰ ਨੂੰ ਗੱਦੀ ਮਿਲਣੀ ਸੀ ਉੱਥੇ ਉਹਦੇ ਸਾਲੇ ਇਬਰਾਹੀਮ ਨੂੰ ਗੱਦੀ ਮਿਲੀ ਜੀ। ਤਾਂ ਇਸ ਵਕਤ ਉਸਨੇ ਇਸ ਨੂੰ ਬਹੁਤ ਅਲਰਜੀ ਸਮਝਿਆ ਵੀ ਮੇਰੀ ਇਹ ਬਦਨਾਮੀ ਹੋਈ ਆ, ਬੇਇੱਜ਼ਤੀ ਹੋਈ ਆ, ਤੋਹੀਨ ਹੋਈ ਆ। ਤਾਂ ਉਸ ਨੇ ਰਜ਼ੀਆ ਸੁਲਤਾਨਾਂ ਦੇ ਨਾਲ ਗੱਠਜੋੜ ਕਰਕੇ ਇਬਰਾਹੀਮ ਨੂੰ ਇਹਦੇ ਵਿੱਚ ਮਾਰਿਆ ਲੜਾਈ ਦੇ ਵਿੱਚ, ਅਤੇ ਅਲਮਸਤ ਦੇ ਫਿਰ ਉਹਨੂੰ ਰਜ਼ੀਆ ਸੁਲਤਾਨਾਂ ਨੇ ਰਾਜ ਕੀਤਾ ਜੀ। ਤਕਰੀਬਨ 16ਵੀਂ ਸਦੀ ਦੇ ਵਿੱਚ ਜਾ ਕੇ ਮਹਿਮੂਦ ਗਜ਼ਨਵੀ ਵੀ ਇੱਥੇ ਆਇਆ। ਆਹ ਜਿਹੜੀਆਂ ਉਹਨਾਂ ਦੇ ਨਾਲ ਤੋਪਾਂ ਨੇ ਜੋ ਅੱਜ ਵੀ ਉਹ ਇੱਥੇ ਛੱਡ ਗਿਆ ਸੀ, ਅੱਜ ਵੀ ਕਿਲ੍ਹੇ ਦੇ ਵਿੱਚ ਪਈਆਂ ਨੇ। ਇਸੇ ਤਰ੍ਹਾਂ ਬਾਬਰ ਵੀ ਆਇਆ ਅਤੇ ਵੱਡੇ ਵੱਡੇ ਸ਼ਾਸਕ ਆ ਕੇ ਇਹ ਹਿੰਦੁਸਤਾਨ ਦੇ ਜਿਹੜੇ ਤਿੰਨ ਸ਼ਕਤੀਸ਼ਾਲੀ ਕਿਲ੍ਹੇ ਨੇ ਉਹਨਾਂ ਕਿਲ੍ਹਿਆਂ ਦੇ ਵਿੱਚੋਂ ਆ। ਬੜੀ ਵੱਡੀ ਵਿਰਾਸਤ ਆ ਹਿੰਦੁਸਤਾਨ ਦੀ। ਉੱਥੇ ਇਹ ਸਿੱਖ ਰਾਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਸ਼੍ਰੀ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 1706 ਦੇ ਵਿੱਚ ਤਖ਼ਤ ਸ਼੍ਰੀ ਦਮਦਮਾ ਸਾਹਿਬ ਤੋਂ ਭਾਗੂ ਤੋਂ ਹੁੰਦੇ ਹੋਏ, ਚੱਕ ਫਤਿਹਵਾਲ ਸਾਹਿਬ ਵਾਲਾ ਤੋਂ ਹੁੰਦੇ ਹੋਏ ਗੁਰਦੁਆਰਾ ਹਾਜੀ ਰਤਨ ਸਾਹਿਬ ਦੇ ਅਸਥਾਨ 'ਤੇ ਪਹੁੰਚਦੇ ਨੇ, ਜਿੱਥੇ ਬਾਬਾ ਹਾਜੀ ਰਤਨ ਦਾ ਜੋ ਹੈੱਡਕੁਆਟਰ ਸੀ, ਜੋ ਕਿ ਬਾਬਾ ਹਾਜੀ ਰਤਨ ਇੱਕ ਇਸ ਇਲਾਕੇ ਦੇ ਬਹੁਤ ਵੱਡੇ ਫਕੀਰ ਸਨ, ਸਾਧੂ ਸਨ, ਜੋ ਉਹਨਾਂ ਨੂੰ ਯਾਦ ਕਰ ਰਹੇ ਸਨ। ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਪਹੁੰਚਦੇ ਨੇ 1706 ਦੇ ਵਿੱਚ। ਤਾਂ ਉਹ ਉਹਨਾਂ ਨੂੰ ਬੇਨਤੀ ਆ ਕੇ ਉਹਨਾਂ ਨੂੰ ਦਰਸ਼ਨ ਦਿੰਦੇ ਨੇ, ਤਾਂ ਉਹ ਬੇਨਤੀ ਕਰਦੇ ਨੇ ਕਿ ਮਹਾਰਾਜ ਸਾਨੂੰ ਜਿਹੜਾ ਮੁਕਤੀ ਦਿਓ, ਸਾਡੀ ਬਹੁਤ ਵੱਡੀ ਲੰਬੀ ਉਮਰ ਹੋ ਗਈ ਆ। ਤਾਂ ਮਹਾਰ ਦਸਵੇਂ ਪਾਤਸ਼ਾਹ ਜੀ ਉਹਨਾਂ ਦਾ ਉਧਾਰ ਕਰਦੇ ਨੇ। ਇਸੇ ਸਮੇਂ ਦੌਰਾਨ ਜੋ ਇਹ ਭੱਟੀ ਵਿੰਡ ਸੀ, ਫਿਰ ਇਹਦਾ ਨਾਂ ਪਟਿੰਡਾ ਪੈ ਗਿਆ, ਜੋ ਇਹ ਭੱਟੀ ਰਾਓ ਵੀ ਚੌਧਰੀ ਇੱਥੇ ਰਿਹਾ ਜੀ ਬਿਲਕੁਲ। ਅਤੇ ਉਹ ਜਿਹੜੇ ਭੱਟੀ ਰਾਓ ਦੇ ਜਿਹੜੇ ਲੋਕ ਸੀ ਪਟਿੰਡੇ ਦੇ ਜਿਹੜੇ ਐਸ ਜਿੱਥੇ ਆਪਾਂ ਖੜ੍ਹੇ ਹਾਂ ਕਿਲ੍ਹਾ ਸਾਹਿਬ, ਇੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੇ ਜਾ ਕੇ ਪਾਤਸ਼ਾਹ ਨੂੰ ਬੇਨਤੀ ਕੀਤੀ ਕਿ ਦਸਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਤੁਸੀਂ ਇੱਥੇ ਬਾਹਰ ਨਗਰ ਦੇ ਵਿੱਚ ਬੈਠੇ ਹੋ, ਸਾਡੇ ਕਸਬੇ ਸ਼ਹਿਰ ਦੇ ਵਿੱਚ ਚੱਲੋ ਜਿੱਥੇ ਉਹ ਕਿਲ੍ਹਾ ਖੰਡਰ ਬਣ ਚੁੱਕਾ, ਉਹਦੇ ਵਿੱਚ ਜੋ ਇੱਕ ਕਾਣਾ ਦੇਵ ਕੋਈ ਵਿਗੜੀ ਜੂਣ ਆ ਜੀ, ਉਹ ਸਾਨੂੰ ਬੜੇ ਮਨੁੱਖਾਂ ਦਾ ਵੀ ਨੁਕਸਾਨ ਕਰਦੀ ਆ, ਪਸ਼ੂਆਂ ਦਾ ਵੀ ਨੁਕਸਾਨ ਕਰਦੀ ਆ, ਅਤੇ ਉਹਨਾਂ ਦਾ ਜਾ ਕੇ ਉਧਾਰ ਕਰੋ। ਸੰਗਤਾਂ ਦੀ ਬੇਨਤੀ ਨੂੰ ਮੰਨਦੇ ਹੋਏ 1706 ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਗਤਾਂ ਦੇ ਨਾਲ ਚੱਲ ਕੇ ਇਸ ਕਿਲ੍ਹੇ ਦੇ ਵਿੱਚ ਪਹੁੰਚਦੇ ਨੇ। ਇਹ ਜੋ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਜੋ ਉੱਪਰ ਬਣਿਆ ਹੋਇਆ, ਇੱਥੇ ਉਸ ਦੇਹ ਦਾ ਵਿਗੜੀ ਹੋਈ ਜੂਨ ਨੂੰ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਦਿੰਦੇ ਨੇ। ਅਤੇ ਉਹ ਜਿਹੜਾ ਦੇਹ ਉਹ ਬੇਨਤੀ ਕਰਦਾ, ਮਹਾਰਾਜ ਮੈਂ ਪਿਛਲੇ ਕਾਫੀ ਦਿਨਾਂ ਤੋਂ ਇਤਿਹਾਸ ਦੇ ਵਿੱਚ ਹਵਾਲੇ ਮਿਲਦੇ ਨੇ ਕਿ ਮੈਂ ਬੜਾ ਭੁੱਖਾ। ਤਾਂ ਉਸ ਸਮੇਂ ਦਸਵੇਂ ਪਾਤਸ਼ਾਹ ਜੀ ਸਰਦਾਰ ਮਲਾਗਰ ਸਿੰਘ ਦੀ ਡਿਊਟੀ ਲਾਉਂਦੇ ਨੇ ਕਿ ਨੱਤ ਵਘੇਰ ਕੋਈ ਝੋਟਾ ਖੜ੍ਹਾ ਛੱਪੜ ਦੇ ਵਿੱਚ। ਉਹ ਚਾਰ ਸਿੰਘਾਂ ਨੂੰ ਨਾਲ ਲੈ ਕੇ ਪਿੰਡ ਨੱਤ ਵਘੇਰ ਸਰਦਾਰ ਮਲਾਗਰ ਸਿੰਘ, ਇਹ ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਸਾਡੇ ਸਾਰੇ ਹਵਾਲੇ ਮਿਲ ਰਹੇ ਨੇ ਸਿੱਖ ਇਤਿਹਾਸ ਦੇ ਵਿੱਚ, ਉਹਨਾਂ ਨੂੰ ਜਾ ਕੇ ਆਵਾਜ਼ ਦਿੰਦੇ ਨੇ ਇਹ ਤੁਹਾਨੂੰ ਦਸਵੇਂ ਪਾਤਸ਼ਾਹ ਜੀ ਨੇ ਯਾਦ ਕੀਤਾ। ਉਹ ਝੋਟਾ ਜੋ ਅੱਗੇ ਇਲਾਕੇ ਇਸ ਸਥਾਨ 'ਤੇ ਪਹੁੰਚਦਾ, ਦਸਵੇਂ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਕਿ ਮਲਾਗਰ ਸਿੰਘ ਨੂੰ ਹੁਕਮ ਦਿੱਤਾ ਕਿ ਇੱਕੇ ਤਲਵਾਰ ਦੇ ਵਾਰ ਦੇ ਨਾਲ ਇਹਨਾਂ ਨੂੰ ਝਟਕਾ ਦਿੱਤਾ ਜਾਵੇ। ਤਾਂ ਉਹ ਝਟਕਾਇਆ ਗਿਆ ਮਲਾਗਰ ਸਿੰਘ ਵੱਲੋਂ, ਅਤੇ ਉਹ ਦੇਹ ਦੀ ਜਿਹੜੀ ਭੁੱਖ ਨਿਵਿਰਤ ਕੀਤੀ ਜੀ। ਇਹ ਜਿਹੜਾ ਬਹੁਤ ਵੱਡਾ ਇਤਿਹਾਸ ਹੈ, ਬਠਿੰਡੇ ਨੂੰ ਮਾ ਗੁਰੂ ਕਾ ਮਾਲਵਾ ਕਹਿ ਕੇ ਨਵਾਜਿਆ, ਤਮਾਮ ਵਰ ਦੇ ਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਇਹ ਰੇਗ ਸਥਾਨ ਸੀ, ਭਾਵੇਂ ਇਹ ਕਿਲ੍ਹਾ ਕਰਕੇ ਬਹੁਤ ਵਿਰਾਸਤੀ ਸੀ, ਪਰ ਉਸ ਸਮੇਂ ਬੜੀ ਬੰਜਰ ਧਰਤੀ ਸੀ ਜੀ। ਇੱਥੇ ਸੰਗਤਾਂ ਨੇ ਪੁੱਛਿਆ ਕਿ ਇਹ ਬਹੁਤ ਰੇਗਿਸਤਾਨ ਆ, ਮਹਾਰਾਜ ਨੇ ਕਿਹਾ ਇੱਥੇ ਨਹਿਰਾਂ ਚੱਲਣਗੀਆਂ, ਹਰਿਆ ਭਰਿਆ ਹੋਊਗਾ। ਮੈਂ ਸਮਝਦਾ ਕਿ ਅੱਜ ਜਿਹੜਾ ਖੁਸ਼ਹਾਲ ਆ ਪੰਜਾਬ ਜੀ, ਜਾਂ ਇਹ ਮਾਲਵਾ, ਇਹਨੂੰ ਕਿਤੇ ਵੀ ਨਾ ਮਾਝਾ ਗੁਰੂ ਕਾ ਕਿਹਾ, ਨਾ ਦੁਆਬਾ ਗੁਰੂ ਕਾ ਕਿਹਾ, ਭਾਵੇਂ ਵੱਖ ਵੱਖ ਕਿਰਪਾ ਕੀਤੀ ਸਾਰੀ ਦੁਨੀਆ 'ਤੇ, ਪਰ ਇਸ ਇਲਾਕੇ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਾਡਾ ਗੁਰੂ ਕਾ ਮਾਲਵਾ, ਗੁਰੂ ਕਾ ਮਾਲਵਾ। ਇੱਥੇ ਅਨੇਕਾਂ ਵਾਰ ਦਿੱਤੇ, ਤਮਾਮ ਵਾਰ ਦੇ ਕੇ ਇਸ ਧਰਤੀ ਨੂੰ ਨਿਵਾਜਿਆ, ਅਤੇ ਬਠਿੰਡਾ ਦੀ ਜਿਹੜੀ ਇਹ ਧਰਤੀ ਹੈ ਬੜੀ ਵੱਡੀ ਇਤਿਹਾਸਿਕ ਧਰਤੀ ਹੈ। ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਜਦੋਂ ਵੀ ਤੁਸੀਂ ਤਖ਼ਤ ਸ਼੍ਰੀ ਦਮਦਮਾ ਸਾਹਿਬ, ਸ਼੍ਰੀ ਮੁਕਤਸਰ ਸਾਹਿਬ ਜਾਂ ਇਲਾਕੇ ਦੇ ਵਿੱਚ ਦੂਖਨਿਵਾਰ ਸਾਹਿਬ, ਪਟਿਆਲਾ ਜਾਂ ਹੋਰ ਇਤਿਹਾਸਿਕ ਸਥਾਨਾਂ 'ਤੇ ਆਉਣੇ ਹੋ, ਇੱਥੇ ਵੀ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰਦੁਆਰਾ ਹਾਜੀ ਰਤਨ ਸਾਹਿਬ। ਬੜੇ ਮਹਾਂਪੁਰਖ ਹਾਜੀ ਰਤਨ ਵੱਡੇ ਹੋਏ ਨੇ। ਬਾਕੀ ਇੱਥੇ ਇਹ ਵੀ ਹੈ, ਕਹਿੰਦੇ ਵੀ ਇਹ ਕਿਲ੍ਹਾ ਨਾ ਬਹੁਤ ਜਗ੍ਹਾ ਤੋਂ ਹੁਣ ਟੁੱਟ ਚੁੱਕਿਆ, ਖੰਡਰ ਹੋ ਚੁੱਕਿਆ। ਕਹਿੰਦੇ ਜਦੋਂ ਇਹ ਕਿਲ੍ਹਾ ਉਸ ਸਮੇਂ ਸੀ ਤਾਂ ਕਹਿੰਦੇ ਇਹਦੇ ਵਿੱਚ ਬਹੁਤ ਸਾਰੇ ਮਹਿਲ ਬਣੇ ਹੁੰਦੇ ਸੀ, ਮੋਤੀ ਮਹਿਲ ਬਣਿਆ ਹੁੰਦਾ ਸੀ, ਸ਼ੀਸ਼ ਮਹਿਲ ਬਣਿਆ ਹੁੰਦਾ ਸੀ, ਮਹਿਤਾਬ ਮਹਿਲ ਬਣਿਆ ਹੁੰਦਾ ਸੀ। ਕਹਿੰਦੇ ਇਹ ਸਾਰੇ ਮਹਿਲ ਇਹਦੇ ਵਿੱਚ ਸੀਗੇ ਪਹਿਲਾਂ।
हाँ जी, ये जिवें वख वख राजां ने वख वख शासकां ने राज कीता है। रजिया सुल्ताना ने कीता है, महमूद ने कीता है, राजे डब ने कीता है, ते अमीर ने कीता है। उन्होंने भी से खा उस तरह मोती महल सी, राणी महल सामने बने, मेहताब महल बने, जिस तरह भी राजां दा सिस्टम सी उस तरह हर प्रकार के बड़े महल, गुप्त गुफा भी दसदे ने कि हाजी रतन दरगाह तक जांदी सी, दिल्ली तक भी इत्थों दरगाह जांदी सी, जेल जेल महल भी इहदे अंदर सीगा जिथे। हुण वी तुसीं गेट दे थल्ले जाओ, जोड़ी जिहनूं असीं दर्शन जोड़ी अज कहिंदे आ, जो इक पुरातन हैगा, उहदे नाल थल्ले तहखाने बणे आ, बहुत डंगाई दे विच जांदे आ। पर किला विभाग ने जो आर्कोलॉजिकल विभाग आ, इह जिहड़ा गुरद्वारा साहिब दा प्रबंध, श्रोमणी गुरद्वारा प्रबंधक कमेटी कोल दो गुरद्वारा साहिब ने इत्थे, बाकी सारा आर्कोलॉजिकल कोल, उहनां दे विच वाकई इह तुहाडी सच आ कि उत्थे तहखाने वी बणे आ, थले सुरंगा भी बनिया। दसिया भी जा रहा, कहिंदे भी इहदे नेड़े इक नदी वगदी सी पहलां, कहिंदे उह नदी जिहड़ी उह खत्म हो गई, सुक गई, उस तों बाद इह डिफेंस पक्खों जदों भी राजे, इह विरासत ही इदां दी है, जदों हिंदुस्तान दे विच इह पुरातन संस्कृति है, जदों राजे महाराजे किले बनाउंदे सन उदों डिफेंस पक्खों एक पास्यों जिहड़ा पानी दा वहाअ छड़ रखदे सन, ते इत्थे दा कोई दरिया दसदे वे इत्थे दरिया नाल खह के वगदा सी, अज भावें हालातां मुताबक पिछे हट गया। इह बहुत वड्डा किला है, गुरु गोबिंद सिंह जी चरण छोह प्राप्त धरती है। इत्थे गुरद्वारा किला मुबारक साहब विखे संगतां बड़ी वड्डी गिणती दे विच दर्शन करन आउंदियां। इसे तरह गुरद्वारा हाजी रतन साहब जो वन साहब आ, ਉਹ ਬੜਾ ਇਤਿਹਾਸਕ ਵਣ, ਉੱਥੇ ਬੈਠ ਕੇ ਜਿਹੜੀ ਹੁਣ ਉੱਪਰਲੀ ਇਮਾਰਤੀ ਆਪਾਂ ਗੱਲ ਕਰੀਏ, ਇੱਥੇ ਹੁਣ ਸੰਗਤ ਆਉਂਦੀ ਹੈ ਜਾਂ ਨਹੀਂ ਜਾਂਦੀ? ਇੱਥੇ ਜਿੱਥੇ ਬੜੇ ਵੱਡੀ ਮੱਸਿਆ ਦਾ ਦਿਹਾੜਾ ਵੀ ਲੱਗਦਾ, ਗੁਰੂ ਨਾਨਕ ਸਾਹਿਬ ਦਾ ਗੁਰਪੁਰਬ, ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ, ਅਤੇ ਉੱਥੇ ਜੋ ਉੱਪਰ ਗੁਰਦੁਆਰਾ ਸਾਹਿਬ ਆ ਉੱਥੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਆ ਕੇ ਨਿਤਨੇਮ ਕਰਦੀਆਂ, ਸੁਬਹਾ ਸ਼ਾਮ ਤਾਂ ਬਹੁਤ ਸੰਗਤ ਹੁੰਦੀ ਹੈ, ਤਕਰੀਬਨ ਲਗਾਤਾਰ ਦੂਰੋਂ ਦੂਰੋਂ ਆ ਕੇ ਸੰਗਤਾਂ ਲਗਾਤਾਰ ਨਿਤਨੇਮ, ਅਤੇ ਬਹੁਤ ਸਕੂਨ ਮਿਲਦਾ ਜੀ। ਇਹਦੀ ਜੇ ਮੈਂ ਟਾਈਮਿੰਗ ਦੀ ਗੱਲ ਕਰਾਂ, ਕਿਉਂਕਿ ਸਰਕਾਰ ਕੋਲ ਤਾਂ ਸਾਰਾ ਪ੍ਰਬੰਧ ਹੈ ਜੀ, ਫਿਰ ਇਹਦੀ ਕੋਈ ਟਾਈਮਿੰਗ ਸਿਸਟਮ ਵੀ ਹੈ ਜਾਂ ਫਿਰ ਇਹ ਸੰਗਤ ਇੱਥੇ ਰੈਗੂਲਰ ਆਉਂਦੀ ਰਹਿੰਦੀ ਹੈ? ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ ਸਮੇਂ ਅਨੁਸਾਰ ਅਸੀਂ ਆਰਕੋਲੋਜੀਕਲ ਵਿਭਾਗ ਨੂੰ, ਸੈਂਟਰ ਨੂੰ ਬੇਨਤੀਆਂ ਕਰਦੇ ਰਹਿੰਦੇ ਹਾਂ। ਸਾਨੂੰ ਬੜੀ ਮੁਸ਼ਕਲ ਹੈ, 9 ਵਜੇ ਤੱਕ ਤੜਕੇ 3:30 ਜਿਸ ਤਰ੍ਹਾਂ ਟਾਈਮ ਨੂੰ 3:30 ਕਿਲ੍ਹਾ ਖੋਲ੍ਹਦੇ ਨੇ, ਬਾਹਰਲੇ ਗੇਟ ਦੀ ਚਾਬੀ ਕਿਲ੍ਹਾ ਵਿਭਾਗ ਕੋਲ ਆ ਜੀ, ਅਤੇ ਸ਼ਾਮ ਨੂੰ ਕਿਲ੍ਹਾ ਵਿਭਾਗ 9:15 ਗੇਟ ਲਾ ਕਲੋਜ਼ ਕਰ। ਇੱਥੇ ਸੰਗਤਾਂ ਦੀ ਸਾਰੇ ਵਰਗਾਂ ਦੀ, ਸਾਰੇ ਵਰਗ ਹੀ ਜੁੜੇ ਹੋਏ, ਇਕੱਲੇ ਸਿੱਖ ਨਹੀਂ, ਸਾਰੇ ਵਰਗ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਆ। ਜਦੋਂ ਇੱਥੇ ਪ੍ਰੋਗਰਾਮ ਚੱਲਦੇ ਆ, ਮੈਂ ਬਹੁਤ ਬੇਨਤੀਆਂ ਪ੍ਰਸ਼ਾਸਨ ਨੂੰ ਵੀ ਕੀਤੀਆਂ, ਡੀਸੀ ਸਾਹਿਬ ਨੂੰ ਵੀ ਬੇਨਤੀ ਕਰਕੇ ਆਏ, ਲਿਖਤੀ ਬੇਨਤੀ ਵੀ ਕਰਕੇ ਆਏ, ਦਿੱਲੀ ਵੀ ਲਿਖਤੀ ਬੇਨਤੀ ਕੀਤੀ ਆ, ਇਹ 9:15 ਗੇਟ ਬੰਦ ਕਰ ਦਿੰਦੇ ਆ। ਮੁਸ਼ਕਲ ਉਦੋਂ ਸਰ ਆਉਂਦੀ ਆ ਕਿ ਜਦੋਂ ਅਸੀਂ ਰਾਤ ਦੇ ਪ੍ਰੋਗਰਾਮ ਸੰਗਤਾਂ 'ਚ ਆਉਂਦੀਆਂ, ਕੀਰਤਨ ਦਰਬਾਰ ਬਹੁਤ ਹੁੰਦੇ ਆ, ਉਦੋਂ ਅਸੀਂ 12 ਵਜੇ ਤੱਕ ਗੇਟ ਖੁੱਲ੍ਹਾ ਰੱਖਣ ਦੀ ਅਪੀਲ ਕਰਦੇ ਹਾਂ, ਬੇਨਤੀ ਲਿਖਤੀ ਕਰਦੇ ਹਾਂ, ਪਰ ਇਹ ਸਾਨੂੰ 12 ਵਜੇ ਤੱਕ ਕਿਲ੍ਹਾ ਖੋਲ੍ਹਣ ਦੀ ਆਗਿਆ ਨਹੀਂ ਦਿੰਦੇ, ਇਹ ਸਾਨੂੰ ਬੜੀਆਂ ਵੱਡੀਆਂ ਮੁਸ਼ਕਲਾਂ ਆ ਰਹੀਆਂ। ਜੇ ਸੰਗਤ ਦੀ ਮੈਂ ਗੱਲ ਕਰਾਂ ਤਾਂ ਸੰਗਤ ਵਾਸਤੇ ਜਗ੍ਹਾ ਵੀ ਮੈਂ ਦੇਖਿਆ, ਜਗ੍ਹਾ ਬਹੁਤ ਥੋੜ੍ਹੀ ਹੈ, ਕਿਉਂਕਿ ਜਦੋਂ ਵੱਡੇ ਇਕੱਠ ਹੁੰਦੇ ਆ, ਵੱਡੇ ਸਮਾਗਮ ਹੁੰਦੇ ਆ, ਤਾਂ ਸੰਗਤ ਨੂੰ ਖੁੱਲ੍ਹਾ ਏਰੀਆ ਚਾਹੀਦਾ ਹੁੰਦਾ, ਪਰ ਭਾਵੇਂ ਨੇੜੇ ਪਾਰਕ ਬਣੇ ਨੇ ਪਰ ਉਹ ਵੀ ਇੱਕ ਤਰ੍ਹਾਂ ਨਾਲ ਬੰਦ ਕੀਤੇ ਹੋਏ ਨੇ। ਸਮਝਦਾ ਵੀ ਤੁਸੀਂ ਪ੍ਰਾਈਮੇਸ਼ੀਆ ਨੇ ਆ ਕੇ ਇਹ ਬਹੁਤ ਵੱਡਾ ਜਿਹੜਾ ਮੌਕੇ ਦਾ ਢੁੱਕ ਦੀ ਗੱਲ ਸਾਡੇ ਨਾਲ ਕੀਤੀ ਹੈ, ਮੈਂ ਤੁਹਾਡਾ ਪਹਿਲਾਂ ਗੁਰਦੁਆਰਾ ਪ੍ਰਬੰਧ ਵੱਲੋਂ ਧੰਨਵਾਦ ਕਰਦਾ। ਜਦੋਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਹੁੰਦਾ ਹੈ ਜਾਂ ਦਸਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਹੁੰਦਾ, ਉਦੋਂ ਲੱਖ ਤੋਂ 1.5 ਲੱਖ ਦੀ ਸੰਗਤ ਹੁੰਦੀ ਹੈ, ਅਤੇ ਅਸੀਂ ਬੜੀ ਜ਼ੋਰ ਲਾ ਕੇ ਥੱਲੇ ਪਲਾਟ ਲੈਂਦੇ ਹਾਂ। ਇੱਥੇ ਸਾਨੂੰ ਅਸੀਂ ਸਾਡੀ ਬੇਨਤੀ ਵੀ, ਅਪੀਲ ਵੀ, ਸਾਨੂੰ ਖੁੱਲ੍ਹੀ ਜਗ੍ਹਾ ਇੱਥੇ ਹੋਣੀ ਚਾਹੀਦੀ ਹੈ, ਉਹਦੀ ਆਗਿਆ ਹੋਣੀ ਚਾਹੀਦੀ ਹੈ, ਜਾਂ ਕੋਈ ਸਰਕਾਰਾਂ ਨੂੰ ਬੇਨਤੀ ਕਰਦੇ ਕਿ ਪਲਾਟ ਥੱਲੇ ਦੇ ਦੇਣਾ ਚਾਹੀਦਾ। ਸਾਨੂੰ ਵਾਕਿਆ ਹੀ ਮੁਸ਼ਕਲ ਆਉਂਦੀ, ਨਾਲ ਹੀ ਇੱਥੇ ਲੰਗਰ ਚੱਲਦਾ, ਨਾਲ ਹੀ ਭਾਂਡੇ ਧੋਈ ਜਾਂਦੇ ਆ, ਹੁਣ ਕਥਾ ਚੱਲ ਰਹੀ ਹੈ, ਅਤੇ ਡਿਸਟਰਬੈਂਸ ਬਹੁਤ ਹੋ ਰਹੀ ਹੈ, ਨਾਲ ਭਾਂਡੇ ਵੀ ਧੋਏ ਜਾ ਰਹੇ ਆ, ਇੱਧਰ ਲੰਗਰ ਚੱਲੀ ਜਾ ਰਿਹਾ, ਇਸ ਕਰਕੇ ਸਾਨੂੰ ਇਹ ਬੜੀਆਂ ਵੱਡੀਆਂ ਮੁਸ਼ਕਲਾਂ ਦੀ ਜਗ੍ਹਾ ਵਿੱਚ ਇਸ ਕਰਕੇ ਛੋਟੀ ਹੈ, ਤਾਂ ਹਾਲ ਦੀ ਜਗ੍ਹਾ ਵੀ ਛੋਟੀ ਹੈ, ਅਸੀਂ ਦੀਵਾਨ ਹਾਲ ਬਣਾਉਣਾ ਚਾਹੁੰਦੇ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਅਵਸਥਾ ਸੰਗਤਾਂ ਵਾਸਤੇ ਉਸੇ ਵੇਲੇ ਹਾਜ਼ਰ ਹੋ ਜੂਗੀ, ਪਰ ਜਿਹੜਾ ਕਿਲ੍ਹਾ ਵਿਭਾਗ ਆ, ਆਰਕੋਲੋਜੀਕਲ ਵਿਭਾਗ ਆ ਸੈਂਟਰ ਕੋਲ ਆ, ਇਹ ਸਾਡੀ ਬੇਨਤੀ ਭਾਵੇਂ ਇਹਨਾਂ ਕੋਲ ਖੁੱਲ੍ਹੇ ਪਏ ਨੇ ਸਾਰੇ ਪਲਾਟ, ਸੋਰੀ, ਬਹੁਤ ਖੁੱਲ੍ਹੇ ਪਏ ਨੇ। ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਸਾਨੂੰ ਭਾਵੇਂ ਦੇ ਦਿੰਦੇ ਨੇ, ਉਹ ਧੰਨਵਾਦ, ਪਰ ਪੱਕੇ ਤੌਰ 'ਤੇ ਬੇਨਤੀਆਂ ਕੀਤੀਆਂ ਜਾ ਰਹੀਆਂ ਵੀ ਸੰਗਤਾਂ ਵਾਸਤੇ ਆ, ਪਬਲਿਕ ਵਾਸਤੇ ਆ, ਸਰਕਾਰਾਂ ਵੀ ਪਬਲਿਕ ਵਾਸਤੇ ਆ, ਅਤੇ ਗੁਰੂ ਘਰ ਵੀ ਸੰਗਤਾਂ ਵਾਸਤੇ ਆ, ਪਬਲਿਕ ਸੰਗਤ ਇੱਕ ਹੀ ਆ। ਇਹ ਸਾਡੀ ਜਿਹੜੀ ਆ ਰਿਕੁਐਸਟ ਆ, ਇਹ ਅਸੀਂ ਲਿਖਤੀ ਵੀ ਕੀਤੀ, ਮੈਂ ਆਪ ਜੀ ਦੇ ਮਾਧਿਅਮ ਰਾਹੀਂ ਵੀ ਬੇਨਤੀ ਕਰਦਾ
कि ये जिहड़ियां साडियां प्रॉब्लमां ने साडियां प्रॉब्लमां दूर होनियां चाहीदियां। बहुत बहुत धन्यवाद जी तुहाडा। जेकर गल करिए तां मैनेजर साहब का भी कहना भी क्योंकि इस किला साहब की जो मैं गल करा तो इत्थे संगत भी नतमस्तक होने लई आउंदी है, तो संगत दूरों बहुत कह सकते हैं भी लंबी दूरी लम्मा पेंडा तय करके आउंदी है, पर तुहानूं मैं एक बार इधर तस्वीर दिखाउण दी कोशिश करदा। इधर नाल ही देखो एक जिहड़ा महल जिहनूं आपां कह सकते हैं बने हुए है, ये अलग अलग महल जे किले के सारे पासे बने हैं, सारे दरवाजे के उपर अलग अलग बने हुए हैं, क्योंकि इन्हां महलों भावें महल हुण खंडर हो गए, महल बंद हो गए, पर इन्हां महलों की जे खासियत की मैं गल करा तो कहिंदे इह महल उस समय आराम दे लई रखे जा गए से। इन्हां महलों के आराम जिहड़ा हुंदा सीगा क्योंकि पट्टी पिंड इसका नाम सीगा क्योंकि राजे सीगे, राजा पट्टी वल्लों ये जिहड़ा बठिंडा शहर है पूरा वह वसाया गया सी। पर मैं किले दीआं दीवारां दी अज भी गल करदा तां अज भी इन्हां किले दीआं दीवारां दे विचों तुहानूं उह समां उह कलाकिरती जिहड़ी उह सारी दिखाई देगी जिहड़ी पहलां दे समें दी कलाकिरती सी। क्योंकि जे इस किले दी मैं गल करां तां इस किले नूं इही चीज़ नाल ज़्यादा परख्या जांदा, कहिंदे वी इत्थे बहुत सारे जिहड़े शासक जिहड़े इत्थे आके जिन्हां वल्लों आके कहिंदे वी कब्जा कह सकदे आ वी कीता, जित प्राप्त कीती, ते सामने बिल्कुल देख सकदे हो इस जिहड़ा महल सीगा, महल दे दरवाजे तुसीं देख सकदे हो किन्नियां बारियां किन्ने जिहड़े दरवाजे ने इस महल दे, क्योंकि इस महल दी मैं गल करां तां इह महल भी उस समें दा पुरातन महल है, भावें कुछ कह सकदे आ वी ਤੁਸੀਂ ਇਹ ਸਕਦੇ ਜਿਹੜਾ ਉਹ ਜਿਹੜਾ ਟੁੱਟਿਆ ਹੋਇਆ ਉਹ ਸਾਹਮਣੇ ਉੱਥੇ ਕਹਿੰਦੇ ਵੀ ਰਜ਼ੀਆ ਸੁਲਤਾਨਾ ਨੂੰ ਕੈਦ ਜਿਹੜਾ ਉਹ ਕੀਤਾ ਗਿਆ ਸੀ ਜਿੱਥੋਂ ਟੁੱਟਿਆ ਹੋਇਆ ਜਿਹੜਾ ਜਿਹੜਾ ਏਰੀਆ ਟੁੱਟਿਆ ਹੋਇਆ ਦਿਖਾਈ ਦਿੱਤਾ ਗਾ। ਕਿਉਂਕਿ ਇਸ ਕਿਲੇ ਦੀ ਮੈਂ ਗੱਲ ਕਰਾਂ ਤਾਂ ਇਸ ਕਿਲੇ ਦੇ ਜਿਸ ਵੀ ਕੋਨੇ ਦੇ ਵਿੱਚ ਤੁਸੀਂ ਜਾਓਗੇ ਉਸ ਕੋਨੇ ਦੇ ਵਿੱਚ ਕੋਈ ਨਾ ਕੋਈ ਪੁਰਾਣਾ ਇਤਿਹਾਸ ਜਿਹੜਾ ਉਹ ਸੁਰਜਿਆ ਹੋਇਆ ਕਿ ਇਸ ਇਤਿਹਾਸ ਦੀ ਮੈਂ ਗੱਲ ਕਰਾਂ ਤਾਂ ਕਿਉਂਕਿ ਇਸ ਇਤਿਹਾਸ ਨੂੰ ਜੇਕਰ ਆਪਾਂ ਇਸ ਵਿਰਸੇ ਨੂੰ ਇਸ ਵਿਰਾਸਤ ਨੂੰ ਸੰਭਾਲਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਆਪਣੀਆਂ ਉਹ ਯਾਦ ਰੱਖਣੀਆਂ। ਗੁਰਦੁਆਰਾ ਸਾਹਿਬ ਦੀ ਤਸਵੀਰ ਦੇਖ ਸਕਦੇ ਹੋ, ਇਹ ਗੁਰਦੁਆਰਾ ਸਾਹਿਬ ਮਹਾਰਾਜਾ ਕਰਮ ਸਿੰਘ ਵੱਲੋਂ ਜਿਹੜਾ ਬਣਵਾਇਆ ਗਿਆ, ਕਿਉਂਕਿ ਬਹੁਤ ਵੱਡਾ ਇਤਿਹਾਸ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਇਹ ਜਗ੍ਹਾ ਹੈ, ਤਾਂ ਉੱਥੇ ਹੀ ਜਿਹੜੀਆਂ ਲੱਖਾਂ ਸੰਗਤਾਂ ਜਿਵੇਂ ਮੈਨੇਜਰ ਸਾਹਿਬ ਨੇ ਦੱਸਿਆ ਵੀ ਲੱਖਾਂ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਦੇ ਲਈ ਆਉਂਦੀਆਂ ਸਮੇਂ ਸਮੇਂ ਦੇ ਨਾਲ, ਕਿਉਂਕਿ ਭਾਵੇਂ ਦਿੱਕਤਾਂ ਬਹੁਤ ਨੇ ਕਿਉਂਕਿ ਇਹ ਸਾਰਾ ਏਰੀਆ ਕੇਂਦਰ ਸਰਕਾਰ ਦੇ ਕੋਲ ਹੈ, ਸੈਂਟਰ ਸਰਕਾਰ ਦੇ ਕੋਲ ਹੈ, ਤਾਂ ਜਦੋਂ ਇੱਥੋਂ ਕੋਈ ਵੀ ਸੰਗਤ ਜਿਹੜੀ ਰਾਤ ਨੂੰ ਕੋਈ ਲੇਟ ਨਾਈਟ ਆਉਂਦੀ ਹੈ ਜਾਂ ਕੋਈ ਨਤਮਸਤਕ ਹੋਣ ਲਈ ਸਵੇਰੇ ਸਿੱਧੇ ਆਉਂਦੀ ਹੈ ਤਾਂ ਉਹਨੂੰ ਆਉਣ ਦੀ ਬਹੁਤ ਦਿੱਕਤ ਆਉਂਦੀ ਹੈ। ਦੂਜੀ ਗੱਲ ਸਭ ਤੋਂ ਵੱਡੀ, ਸੰਗਤ ਦੇ ਬੈਠਣ ਨੂੰ ਜਗ੍ਹਾ ਬਹੁਤ ਘੱਟ ਹੈ ਕਿਉਂਕਿ ਸੰਗਤ ਜਦੋਂ ਇੱਥੇ ਸਮਾਗਮ ਹੁੰਦੇ ਨੇ, ਕਿਉਂਕਿ ਅਕਸਰ ਕਹਿ ਸਕਦੇ ਹਾਂ ਵੀ ਜਦੋਂ ਗੁਰੂ ਸਾਹਿਬ ਦੀ ਆਮਦ ਦਾ ਸਮਾਗਮ ਜਿਹੜਾ ਹੁੰਦਾ ਹੈ, ਗੁਰੂ ਨਾਨਕ ਦੇਵ ਜੀ ਦਾ ਸਮਾਗਮ ਹੁੰਦਾ, ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਬਠਿੰਡਾ ਦੇ ਵਿੱਚ ਆਏ ਤਾਂ ਉਦੋਂ ਇੱਥੇ ਇੱਕ ਬਹੁਤ ਵੱਡਾ ਸਮਾਗਮ ਕੀਤਾ ਜਾਂਦਾ, ਤਾਂ ਉਸ ਸਮਾਗਮ ਦੇ ਵਿੱਚ ਵੀ ਪੂਰੇ ਬਠਿੰਡੇ ਦੇ ਨੇੜੇ ਦੇ ਪਿੰਡਾਂ ਦੇ ਲੋਕ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਪਹੁੰਚਦੇ ਆ, ਤਾਂ ਉਦੋਂ ਵੀ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ। ਤੁਹਾਨੂੰ ਇੱਕ ਤੁਹਾਨੂੰ ਤੋਪ ਵਾਲੀ ਜਗ੍ਹਾ ਦਿਖਾਉਣਾ ਜਿੱਥੇ ਤਿੰਨ ਜਿਹੜੀਆਂ ਤੋਪਾਂ ਕਹਿੰਦੇ ਆ ਵੀ 3 ਤੋਂ 4 ਤੋਪਾਂ ਉੱਥੇ ਰੱਖੀਆਂ ਗਈਆਂ, ਉਹ ਤੋਪਾਂ ਨੇ ਜਦੋਂ ਬਾਬਰ ਕਹਿੰਦੇ ਇੱਥੇ ਆਇਆ ਤਾਂ ਉਸ ਵੀ ਇੱਥੇ ਜਿਹੜੀਆਂ ਤੋਪਾਂ ਰਹਿ ਗਈਆਂ, ਤਾਂ ਮਹਿਮੂਦ ਗਜਨੀ ਦੀ ਗੱਲ ਕਰ ਲਈਏ ਜਾਂ ਹੋਰ ਬਹੁਤ ਸਾਰੇ ਸ਼ਾਸਕਾਂ ਦੀ ਗੱਲ ਕਰ ਲਈਏ ਤਾਂ ਇਹ ਸਾਰੇ ਸ਼ਾਸਕ ਇਸੇ ਰਾਸਤੇ ਨੂੰ ਵਰਤਦੇ ਸਨ, ਕਿਉਂਕਿ ਮੁਲਤਾਨ ਅਤੇ ਦਿੱਲੀ ਦਾ ਇੱਕ ਰਾਹ ਸੀ ਇਹ ਬਠਿੰਡਾ ਦਾ ਕਿਲਾ, ਮੁਲਤਾਨ ਅਤੇ ਦਿੱਲੀ ਦਾ ਇੱਕ ਐਸਾ ਪੜਾਅ ਸੀ ਵੀ ਜਿੱਥੋਂ ਸਾਰਾ ਵਪਾਰ ਹੁੰਦਾ ਸੀ, ਸਾਰਾ ਜਿਹੜਾ ਹਾਲਾਤ ਇਸੇ ਜਗ੍ਹਾ ਤੋਂ ਚੱਲਦੇ ਸਨ। ਜੇ ਕਹਿੰਦੇ ਨੇ ਸਿਆਸਤ ਚੱਲਣੀ ਆ ਤਾਂ ਬਠਿੰਡੇ ਤੋਂ ਚੱਲਦੀ ਹੈ, ਅਤੇ ਅੱਜ ਵੀ ਕਿਹਾ ਜਾਂਦਾ ਹੈ ਵੀ ਅੱਜ ਵੀ ਬਠਿੰਡਾ ਸਿਆਸਤ ਦਾ ਮੋਢੀ ਹੈ ਅਤੇ ਸਿਆਸਤ ਦਾ ਗੜ੍ਹ ਹੈ, ਕਿਉਂਕਿ ਜੇ ਕੋਈ ਵੀ ਸਿਆਸਤ ਹੋਣੀ ਹੈ ਤਾਂ ਬਠਿੰਡਾ ਤੋਂ ਹੀ ਹੋਣੀ ਹੈ। ਅਤੇ ਜੇ ਮੈਂ ਪਾਕਿਸਤਾਨ ਲਾਹੌਰ ਦੀ ਗੱਲ ਕਰਨਾ ਤਾਂ ਲਾਹੌਰ ਦੇ ਵਿੱਚ ਬਠਿੰਡੇ ਦਾ ਨਾਂ ਬਹੁਤ ਜ਼ਿਆਦਾ ਫੇਮਸ ਹੈ, ਬਠਿੰਡੇ ਦੀ ਗੱਲ ਕਰਦੇ ਤਾਂ ਬਠਿੰਡੇ ਨੂੰ ਬਹੁਤ ਵੱਡੇ ਅੱਖਰਾਂ ਦੇ ਵਿੱਚ ਕਿਹਾ ਜਾਂਦਾ, ਅਤੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸੰਗਤ ਲਗਾਤਾਰ ਨਤਮਸਤਕ ਹੋ ਰਹੀ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚਦੀ ਹੈ। ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇਸ ਕਿਲੇ ਦੀ ਮੈਂ ਗੱਲ ਕਰਾਂ ਤਾਂ ਰਾਜਾ ਡਾਬ ਵੱਲੋਂ ਬਣਵਾਇਆ ਗਿਆ, ਮਿੱਟੀ ਦਾ ਬਣਵਾਇਆ ਗਿਆ, ਤਾਂ ਉਸ ਤੋਂ ਬਾਅਦ ਲਾਸਟ ਤੱਕ ਅੱਜ ਵੀ ਇਹ ਕਿਲਾ ਜਿਹੜਾ ਹੁਣ ਪੱਕਾ ਹੋ ਕੇ ਅਤੇ ਉਹ ਅਲੱਗ ਅਲੱਗ ਸ਼ਾਸਕਾਂ ਕੋਲ ਦੇ ਨਾਲ ਇਹ ਇੱਥੇ ਤੁਹਾਨੂੰ ਦਿਖਾਈ ਦੇ ਰਿਹਾ, ਕਿਉਂਕਿ ਕਿਲਾ ਅੱਜ ਵੀ ਇੱਥੇ ਮੌਜੂਦ ਆ ਅਤੇ ਸੰਗਤ ਨਤਮਸਤਕ ਹੁੰਦੀ ਆ। ਤੁਸੀਂ ਚਾਰੋਂ ਤਰਫ ਨਿਗਾਹ ਮਾਰੋਗੇ ਤਾਂ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਸੰਗਤ ਮੌਜੂਦ ਦਿਖਾਈ ਦਿੰਦੀ ਹੈ ਕਿ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਇਹ ਕਿਲੇ ਦਾ ਇਤਿਹਾਸ ਬਹੁਤ ਵੱਡਾ, ਤਾਂ ਇਸ ਕਿਲੇ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਵੀ ਇਹੋ ਜਿਹੀਆਂ ਸੁਰੰਗਾਂ ਸਨ ਵੀ ਜੇਕਰ ਤੁਸੀਂ ਇਸ ਸੁਰੰਗ ਦੇ ਵਿੱਚ ਚਲੇ ਜਾਓ ਤਾਂ ਤੁਸੀਂ ਪਤਾ ਨਹੀਂ ਕਿੱਥੇ ਜਾ ਕੇ ਨਿਕਲੋਗੇ, ਤਾਂ ਉਸ ਸੁਰੰਗਾਂ ਵੀ ਇੱਥੇ ਕਹਿੰਦੇ ਹਜੇ ਤੱਕ ਮੌਜੂਦ ਨੇ। ਸਭ ਤੋਂ ਵੱਡੀ ਗੱਲ ਇੱਕ ਹੋਰ, ਇਸ ਕਿਲੇ ਦੇ ਵਿੱਚ ਇੱਕ ਐਸਾ ਕਹਿੰਦੇ ਕਮਰਾ ਸੀ ਜਿਹੜਾ ਕਿਲੇ ਨੂੰ ਕਈ ਸੁਰੰਗਾਂ ਲੱਗਦੀਆਂ ਸਨ, ਉਹ ਸੁਰੰਗਾਂ ਲੱਗਣ ਦਾ ਮਤਲਬ ਇਹ ਸੀ ਵੀ ਉਹ ਠੰਡਾ ਰਹਿੰਦਾ ਸੀ ਚਾਰੇ ਤਰਫ, ਉਹਨੂੰ ਹਵਾ ਆਉਂਦੀ ਰਹਿੰਦੀ ਸੀ, ਉਹ ਠੰਡਾ ਰਹਿੰਦਾ ਸੀ। ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਇਸ ਕਿਲੇ ਦੇ ਵਿੱਚ ਮੌਜੂਦ ਸੀ, ਇਸ ਕਿਲੇ ਦੇ ਵਿੱਚ ਐਸੇ ਬਹੁਤ ਸਾਰੇ ਮਹਿਲ ਮੌਜੂਦ, ਪੁਤਲੀ ਘਰ ਤੱਕ ਇਸ ਕਿਲੇ ਦੇ ਵਿੱਚ ਦੱਸਿਆ ਜਾ ਰਿਹਾ ਉਹ ਵੀ ਮੌਜੂਦ ਸੀ, ਅਤੇ ਬਹੁਤ ਸਾਰੀਆਂ ਚੀਜ਼ਾਂ ਮੌਜੂਦ ਸਨ। ਤਾਂ ਅੱਜ ਵੀ ਇਹ ਕਿਲਾ ਜਿਹੜਾ ਉਸੇ ਤਰ੍ਹਾਂ ਵਿਰਾਸਤੀ ਕਿਲਾ ਜਿਹੜਾ ਮੌਜੂਦ ਹੈ ਜਿੱਥੇ ਗੁਰਦੁਆਰਾ ਸਾਹਿਬ ਮੌਜੂਦ ਹੈ, ਬਹੁਤ ਸਾਰੀਆਂ ਸੰਗਤਾਂ ਨਤਮਸਤਕ ਹੋਣ ਵਾਲੀਆਂ ਆਉਂਦੀਆਂ, ਅਤੇ ਤੁਸੀਂ ਵੀ ਜੇਕਰ ਤੁਹਾਨੂੰ ਸਮਾਂ ਮਿਲਦਾ ਤਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਜ਼ਰੂਰ ਕਰੋ, ਇਸ ਕਿਲੇ ਦੇ ਦਰਸ਼ਨ ਦਿਦਾਰੇ ਜ਼ਰੂਰ ਕਰਿਓ। ਮੈਂ ਬਠਿੰਡਾ ਤੋਂ ਮਨੀਸ਼ ਦੇ ਨਾਲ ਜੱਸੀ ਬਰਾੜ, ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ, ਸਤਿ ਸ਼੍ਰੀ ਅਕਾਲ ਜੀ।